ਸਟੂਡੈਂਟਸ ਵੈਲਕਮ ਬੈਕ ਅੱਜ ਦਾ ਆਪਣਾ ਟਾਪਿਕ ਹੈ ਇੰਪੋਰਟੈਂਸ ਆਫ ਫੈਸਟੀਵਲਸ ਇਨ ਇੰਡੀਆ ਭਾਰਤ ਦੇ ਵਿੱਚ ਤਿਉਹਾਰਾਂ ਦਾ ਕੀ ਮਹੱਤਵ ਹੈ ਫਰਸਟ ਹੈ ਇਨਕਲਕੇਸ਼ਨ ਆਫ ਕ੍ਰੀਏਟੀਵਿਟੀ ਹੁਣ ਜਿਹੜੇ ਤਿਉਹਾਰ ਨੇ ਉਹ ਲੋਕਾਂ ਦੇ ਵਿੱਚ ਜਿਹੜੀ ਸਿਰਜਣਾਤਮਕਤਾ ਹੈ ਕ੍ਰੀਏਟੀਵਿਟੀ ਉਹ ਪੈਦਾ ਕਰਦੇ ਨੇ ਕਿਉਂਕਿ ਸੋਸਾਇਟੀ ਦੇ ਜਿੰਨੇ ਵੀ ਮੈਂਬਰ ਨੇ ਉਹ ਆਪਣੇ ਜਿਹੜੇ ਨਵੇਂ-ਨਵੇਂ ਵਿਚਾਰ ਨੇ ਉਹਨਾਂ ਦੇ ਨਾਲ ਇੱਕ ਕਨਸੈਪਟ ਬਣਾਉਂਦੇ ਨੇ ਤੇ ਵਿਦਿਆਰਥੀਆਂ ਦੇ ਵਿੱਚ ਜਿਹੜੀ ਕ੍ਰੀਏਟੀਵਿਟੀ ਹੈ ਉਹ ਵੀ ਪੈਦਾ ਕਰਦੇ ਨੇ ਨੈਕਸਟ ਹੈ ਫੈਸਟੀਵਲਸ ਕ੍ਰੀਏਟਸ ਲਵ ਐਂਡ ਬਾਂਡੇਜ ਅਮੰਗ ਪੀਪਲ ਹੁਣ ਜਿਹੜੇ ਤਿਉਹਾਰ ਨੇ ਉਹ ਲੋਕਾਂ ਦੇ ਵਿੱਚ ਪਿਆਰ ਤੇ ਜਿਹੜਾ ਬੰਧਨ ਆ ਉਹ ਪੈਦਾ ਕਰਦੇ ਨੇ ਹੁਣ ਜਦੋਂ ਲੋਕ ਤਿਹਾਰਾਂ ਨੂੰ ਖੁਸ਼ੀ ਨਾਲ ਸੈਲੀਬ੍ਰੇਟ ਕਰਦੇ ਨੇ ਇੱਕ ਦੂਸਰੇ ਨੂੰ ਮਿਲਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਪਿਆਰ ਤੇ ਜਿਹੜੀ ਉਹਨਾਂ ਵਿੱਚ ਬਾਂਡੇਜ ਹੈ ਉਹ ਪਹਿਲਾਂ ਨਾਲੋਂ ਹੋਰ ਵੀ ਸਟਰੋਂਗ ਹੋ ਜਾਂਦੀ ਹੈ ਡਿਵੈਲਪਮੈਂਟ ਆਫ ਜੁਆਇੰਟ ਫੈਮਿਲੀ ਸਿਸਟਮ ਸੰਯੁਕਤ ਪਰਿਵਾਰ ਪ੍ਰਣਾਲੀ ਦਾ ਵਿਕਾਸ ਹੁਣ ਜਿਹੜੇ ਦੇਖੋ ਫੈਸਟੀਵਲਸ ਨੇ ਉਹ ਗਰੁੱਪਸ ਆਫ ਮੈਂਬਰ ਮੀਨਸ ਕਾਫੀ ਲੋਕਾਂ ਨਾਲ ਜਿਹੜਾ ਸਮੂਹ ਇਕੱਠੇ ਹੋ ਕੇ ਸੈਲੀਬ੍ਰੇਟ ਕਰਦੇ ਨੇ ਇਸ ਤਰ੍ਹਾਂ ਦੇ ਜਿਹੜੇ ਫੈਸਟੀਵਲਸ ਨੇ ਉਹ ਜਿਹੜੀ ਅਸੀਂ ਸਿੰਗਲ ਫੈਮਿਲੀ ਦੀ ਗੱਲ ਕਰਦੇ ਆ ਉਸ ਸਿਸਟਮ ਨੂੰ ਇਹ ਖਤਮ ਕਰਦੇ ਨੇ ਤੇ ਲੋਕਾਂ ਦੇ ਵਿੱਚ ਜਿਹੜੀ ਆਪਸੀ ਭਾਈਚਾਰਾ ਉਹਨੂੰ ਇਹ ਵਧਾਵਾ ਦਿੰਦੇ ਨੇ ਨੈਕਸਟ ਹੈ ਡਿਵੈਲਪਮੈਂਟ ਆਫ ਅਸਥੈਟਿਕ ਸੈਂਸ ਅਮੰਗ ਪੀਪਲ ਲੋਕਾਂ ਵਿੱਚ ਜਿਹੜੀ ਸੋਹਜ ਦੀ ਭਾਵਨਾ ਉਹ ਵੀ ਪੈਦਾ ਕਰਦੇ ਨੇ ਹੁਣ ਜਿਹੜੇ ਲੋਕ ਅਸਥੈਟਿਕਸ ਕਦਰਾਂ ਕੀਮਤਾਂ ਜਿਵੇਂ ਕਿ ਕੋਈ ਕਲਾ ਦੇ ਕੰਮ ਹੁੰਦੇ ਨੇ ਸ਼ਿਲਪਕਾਰੀ ਨਾਲ ਨਾਲ ਲਿਟਰੇਚਰ ਨਾਲ ਜੁੜੀਆਂ ਹੋਰ ਜਿਹੜੀਆਂ ਰਚਨਾਵਾਂ ਹੁੰਦੀਆਂ ਨੇ ਕੁਝ ਲੋਕਾਂ ਦੇ ਕ੍ਰੀਏਟੀਵਿਟੀਜ਼ ਹੁੰਦੀਆਂ ਨੇ ਇਹ ਸਾਰੀਆਂ ਐਪਰੀਸ਼ੀਏਸ਼ਨ ਦੀ ਡਿਮਾਂਡ ਕਰਦੀਆਂ ਨੇ ਤੇ ਜਿਹੜੇ ਸਾਡੇ ਕਲਚਰਲ ਫੈਸਟੀਵਲਸ ਹੁੰਦੇ ਨੇ ਉਹਨਾਂ ਦਾ ਜਦੋਂ ਜਸ਼ਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਮੀਨਜ਼ ਜਸ਼ਨ ਮਨਾਇਆ ਜਾਂਦਾ ਹੈ ਤਾਂ ਲੋਕਾਂ ਦੇ ਵਿੱਚ ਜਿਹੜੀ ਅਸਥੈਟਿਕ ਸੈਂਸ ਆਫ ਪੈਦਾ ਹੁੰਦੀ ਹੈ ਹੁਣ ਸੁਪੋਜ਼ ਕਰੋ ਅਸੀਂ ਲੋਹੜੀ ਦੀ ਗੱਲ ਕਰਦੇ ਹਾਂ ਤਾਂ ਲੋਹੜੀ ਦੇ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਡਾਂਸ ਕਰ ਰਹੇ ਹੈ ਤਾਂ ਸੈਲੀਬ੍ਰੇਟ ਕਰਨਗੇ ਲੋਕ ਖੁਸ਼ ਹੋਣਗੇ ਉਹਨੂੰ ਐਪਰੀਸ਼ੀਏਟ ਕਰਨਗੇ ਤੇ ਜਾਂ ਫਿਰ ਕੋਈ ਐਗਜ਼ੀਬਿਸ਼ਨ ਲੱਗੀ ਹੈ ਤਾਂ ਲੋਕ ਉੱਥੇ ਜਿੰਨੇ ਵੀ ਐਗਜ਼ੀਬਿਸ਼ਨ ਦੇ ਚੀਜ਼ਾਂ ਲੱਗੀਆਂ ਹੋਣਗੀਆਂ ਉਹਨੂੰ ਦੇਖ ਕੇ ਉਹ ਆਪਣੇ ਜਿਹੜੇ ਥੀਵਿਊਜ਼ ਨੇ ਉਹ ਦੇਣਗੇ ਨੈਕਸਟ ਹੈ ਨੋਲੇਜ ਆਫ ਕਲਚਰਲ ਹੈਰੀਟੇਜ ਐਂਡ ਸਿਵਲਾਈਜੇਸ਼ਨ ਸੱਭਿਆਚਾਰਕ ਵਿਰਾਸਤ ਅਤੇ ਸਭਿਆਤਾ ਦਾ ਗਿਆਨ ਵੀ ਦਿੰਦੇ ਨੇ ਸਾਨੂੰ ਇਹ ਇਸ ਤਰ੍ਹਾਂ ਦਾ ਜਿਹੜਾ ਗਿਆਨ ਆ ਸਾਡੇ ਜਿੰਨੇ ਵੀ ਪੁਰਾਣੇ ਰੀਤੀ ਰਿਵਾਜ ਨੇ ਤੇ ਜਿਹੜੇ ਸਾਡੇ ਕਿਸੇ ਵੀ ਤਰ੍ਹਾਂ ਦੇ ਕੰਮ ਦੰਦੇ ਨੇ ਉਹਨਾਂ ਬਾਰੇ ਸਾਨੂੰ ਜਿਹੜੀ ਹੀ ਨੌਲੇਜ ਆ ਉਹ ਸਾਡੇ ਵਿੱਚ ਸੰਚਾਰਿਤ ਕਰਦੇ ਨੇ ਨੈਕਸਟ ਹੈ ਟੂ ਫਿਲ ਕਲਰਸ ਇਨ ਲਾਈਫ ਹੁਣ ਜਿਹੜੇ ਫੈਸਟੀਵਲਸ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਰੰਗ ਵੀ ਭਰਦੇ ਨੇ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੇ ਫੈਸਟੀਵਲ ਲਾ ਲਓ ਭਾਵੇਂ ਦੀਵਾਲੀ ਹੋਲੀ ਲੋਹੜੀ ਦੁਸ਼ਹਿਰਾ ਤਾਂ ਜਿੰਨੇ ਹੀ ਫੈਸਟੀਵਲਸ ਨੇ ਕਿਉਂਕਿ ਇਹਨਾਂ ਸਾਰਿਆਂ ਉੱਪਰ ਅਸੀਂ ਕੀ ਕਰਦੇ ਹਾਂ 뮤직 ਠੀਕ ਹੈ ਨਾਲ ਨਾਲ ਕੁਝ ਅਸੀਂ ਹੋਰ ਨਵੇਂ ਨੇ ਪਕਵਾਨ ਵੀ ਬਣਾਉਣੇ ਆ ਜੀ ਨਾਲ ਤੁਸੀਂ ਇੰਜੋਏ ਕਰਦੇ ਆ ਨਵੇਂ ਨਵੇਂ ਸੀ ਡ्रेसेस ਪਰਚੇਸ ਕਰਦੇ ਆ ਤੇ ਇਹ ਨਾਲ ਜਿਹੜੇ ਵਿਦਿਆਰਥੀ ਨੇ ਭਾਵੇਂ ਬਾਕੀ ਸੀ ਲੋਕਾਂ ਦੀ ਗੱਲ ਕਰੀ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੇ ਰੰਗ ਨੇ ਉਹ ਭਰ ਕੇ ਇਹਨਾਂ ਨੂੰ ਆਨੰਦ ਤੇ ਜਿਹੜੇ ਮਨੋਰੰਜਨ ਦਾ ਹੈ ਸਰੋਤ ਸਾਡੇ ਲਈ ਬਣਦੇ ਨੇ ਨੈਕਸਟ ਹੈ ਫੀਲਿੰਗ ਆਫ ਪੈਟਰੀੋਟਿਜ਼ਮ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਕਰਦੇ ਨੇ ਸਾਡੇ ਵਿੱਚ ਕਿਉਂਕਿ ਜਿਹੜੇ ਸੀ ਨੈਸ਼ਨਲ ਫੈਸਟੀਵਲ ਦੇ ਸੈਲੀਬ੍ਰੇਟ ਕਰ ਰਹੇ ਹਾਂ ਉਹ ਵੀ ਤੇ ਨਾਲ ਨਾਲ ਜਿਹੜੇ ਸਾਡੇ ਕਲਚਰਲ ਫੈਸਟੀਵਲਸ ਨੇ ਸਾਡੇ ਜਿਹੜੇ ਸੀਜ਼ਨਲ ਫੈਸਟੀਵਲਸ ਨੇ ਉਹ ਦੇਸ਼ ਭਗਤੀ ਦੀ ਭਾਵਨਾ ਲੋਕਾਂ ਦੇ ਵਿੱਚ ਪੈਦਾ ਕਰਦੇ ਨੇ ਨੈਕਸਟ ਹੈ ਡਵੈਲਪਮੈਂਟ ਆਫ ਗੁੱਡ ਫੂਡ ਹੈਬਿਟਸ ਹੁਣ ਜਿਹੜੇ ਵੀ ਫੈਸਟੀਵਲ ਆਉਂਦੇ ਆ ਤਾਂ ਉਹਨਾਂ ਫੈਸਟੀਵਲਸ ਦੇ ਦੌਰਾਨ ਜਿਹੜੇ ਵੱਖ-ਵੱਖ ਤਰ੍ਹਾਂ ਦੇ ਭੋਜਨ ਨੇ ਉਹ ਘਰਾਂ ਦੇ ਵਿੱਚ ਬਣਾਏ ਜਾਂਦੇ ਨੇ ਤੇ ਇਸ ਤਰ੍ਹਾਂ ਜਿਹੜੇ ਭੋਜਨ ਦਾ ਆਨੰਦ ਆ ਉਹ ਸਾਰੇ ਹੀ ਲੋਕ ਲੈਂਦੇ ਨੇ ਭਾਵੇਂ ਅਸੀਂ ਦੇਖੋ ਬਾਜ਼ਾਰ ਤੋਂ ਜਾ ਕੇ ਖਰੀਦਦੇ ਹਾਂ ਬਟ ਲੋਕ ਜਿਹੜੇ ਮੋਸਟਲੀ ਘਰਾਂ ਦੇ ਵਿੱਚ ਬਣਾਉਣਾ ਪਸੰਦ ਕਰਦੇ ਨੇ ਤੇ ਇਹ ਨਾਲ ਲੋਕਾਂ ਦੇ ਵਿੱਚ ਜਿਹੜੀਆਂ ਚੰਗਾ ਭੋਜਨ ਖਾਣ ਦੀ ਆਦਤਾਂ ਨੇ ਉਹ ਵਿਕਸਿਤ ਹੁੰਦੀਆਂ ਨੇ ਨੈਕਸਟ ਹੈ ਇੰਟਰਕਲਚਰਲ ਐਕਸਚੇਂਜ ਹੁਣ ਇਹਨਾਂ ਜਿਹੜਾ ਅੰਤਰ ਸਭਿਆਚਾਰਕ ਆਦਾਨ ਪ੍ਰਦਾਨ ਵੀ ਸੰਭਵ ਹੁੰਦਾ ਹੈ ਪੋਸੀਬਲ ਹੁੰਦਾ ਹੈ ਕਿਉਂਕਿ ਜਿੰਨੇ ਵੀ ਤਿਉਹਾਰ ਸੈਲੀਬ੍ਰੇਟ ਕੀਤੇ ਜਾਂਦੇ ਨੇ ਤਾਂ ਸਾਰੇ ਹੀ ਲੋਕ ਭਾਈਚਾਰੇ ਤੇ ਦੋਸਤ ਹੋਗੇ ਤੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਦੇ ਨਾਲ ਜਿਹੜੇ ਵੱਖ-ਵੱਖ ਤਰ੍ਹਾਂ ਦੇ ਗਿਫਟਸ ਨੂੰ ਐਕਸਚੇਂਜ ਕਰਦੇ ਨੇ ਤੇ ਇਹਦੇ ਨਾਲ ਕੀ ਹੁੰਦਾ ਹੈ ਵੀ ਜਿਹੜੀ ਇੰਟਰਕਲਚਰਲ ਐਕਸਚੇਂਜ ਆ ਉਹ ਸੰਭਵ ਹੁੰਦੀ ਹੈ ਕਿਉਂਕਿ ਉੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਜਿਹੜੇ ਪਰਸਨ ਨੇ ਉਹ ਕਿਸ ਸਟੇਟ ਨਾਲ ਸਬੰਧਿਤ ਨੇ ਕੀ ਇਹਨਾਂ ਦੀ ਕਾਸਟ ਹੈ ਨੈਕਸਟ ਹੈ ਸੋਰਸ ਆਫ এমਪਲॉयਮੈਂਟ ਅਪਰਚੂਨਿਟੀਆਂ ਰੋਜ਼ਗਾਰ ਦੇ ਮੌਕਿਆਂ ਦਾ ਸਰੋਤ ਹੁਣ ਜਿਹੜੇ ਤਿਉਹਾਰਾਂ ਦੇ ਜਸ਼ਨ ਨੇ ਹੁਣ ਇਹਨਾਂ ਦੇ ਦਿਨਾਂ ਦੇ ਦੌਰਾਨ ਕਈ ਲੋਕ ਜਿਵੇਂ ਸਜਾਵਟ ਦੀਆਂ ਵਸਤੂਆਂ ਖਰੀਦੀਆਂ ਜਾਂਦੀਆਂ ਨੇ ਤਾਂ ਸਜਾਵਟ ਦੀਆਂ ਵਸਤੂਆਂ ਨੂੰ ਬਣਾਉਣ ਦੇ ਲਈ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਉਸ ਸਮੇਂ ਰੋਜ਼ਗਾਰ ਮਿਲਦਾ ਹੈ ਹੁਣ ਇਸ ਤਰ੍ਹਾਂ ਜਦੋਂ ਅਸੀਂ ਖਰੀਦਦਾਰੀ ਕਰਦੇ ਹਾਂ ਤੇ ਜਿਹੜੇ ਲੋਕ ਇਸ ਕੰਮ ਨਾਲ ਜੁੜੇ ਹੋਏ ਨੇ ਉਹਨਾਂ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਆ ਉਹ ਮਜ਼ਬੂਤ ਹੁੰਦੀ ਹੈ ਨੈਕਸਟ ਹੈ ਟੂ ਅੰਡਰਸਟੈਂਡ ਦਾ ਨੇਚਰ ਡੀਪਲੀ ਕੁਦਰਤ ਨੂੰ ਡੂੰਘਾਈ ਦੇ ਨਾਲ ਸਮਝਣ ਲਈ ਵੀ ਜਿਹੜੇ ਸਾਡੇ ਇਹ ਤਿਉਹਾਰ ਨੇ ਉਹ ਬਹੁਤ ਹੀ ਮਹੱਤਵਪੂਰਨ ਨੇ ਹੁਣ ਅਸੀਂ ਪੂਰੀ ਨੇਚਰ ਦੇ ਵਿੱਚ ਦੇਖਦੇ ਆ ਕਿੰਨੇ ਰੁੱਖ ਕੋਈ ਛੋਟੇ ਛੋਟੇ ਪਲਾਂਟਸ ਫੁੱਲ ਫੁੱਲ ਲੱਗੇ ਹੁੰਦੇ ਨੇ ਤੇ ਅਸੀਂ ਇਹਨਾਂ ਨੂੰ ਆਪਣੇ ਫੈਸਟੀਵਲਸ ਵਿੱਚ ਸ਼ਾਮਿਲ ਕਰਦੇ ਆ ਪੱਤਿਆਂ ਵਗੈਰਾ ਨੂੰ ਵੀ ਹੁਣ ਦੇਖੋ ਮੀਨਸ ਕਿਸੇ ਦੇ ਘਰ ਬੱਚਾ ਹੋਇਆ ਕੋਈ ਨਵੇਂ ਘਰ ਦੀ ਸ਼ਿਫਟ ਕਰ ਰਿਹਾ ਹੈ ਤਾਂ ਉਹ ਘਰ ਦੇ ਬਾਹਰ ਜਿਹੜੇ ਪੱਤੇ ਨੇ ਉਹਨਾਂ ਨੂੰ ਬੰਨ ਕੇ ਲਟਕਾਇਆ ਜਾਂਦਾ ਹੈ ਤਾਂ ਇਹ ਕੀ ਹੈ ਇਹ ਨਾਲ ਸਾਨੂੰ ਪਤਾ ਲੱਗਦਾ ਕਿ ਇਸ ਚੀਜ਼ ਦੀ ਕੀ ਇੰਪੋਰਟੈਂਸ ਹੈ ਤੇ ਇਹ ਨਾਲ ਅਸੀਂ ਨੇਚਰ ਦੇ ਨਾਲ ਕੁਦਰਤੀ ਤੌਰ ਤੇ ਜੁੜਦੇ ਹਾਂ ਟੂ ਸੇਵ ਦਾ এনवायरमेंट ਵਾਤਾਵਰਣ ਨੂੰ ਬਚਾਉਣ ਦੇ ਲਈ ਵੀ ਹੈਲਪਫੁਲ ਨੇ ਇਹ ਹੁਣ ਜਿੰਨੇ ਵੀ ਇਹ ਕਲਚਰਲ ਫੈਸਟੀਵਲਸ ਨੇ ਇਹਦੇ ਚ ਵੱਖ-ਵੱਖ ਜਿਹੜੇ ਰੁੱਖ ਨੇ ਤੇ ਪਲਾਂਟਸ ਨੇ ਪੌਦੇ ਨੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਸੋਸਾਇਟੀ ਦੇ ਵਿੱਚ ਪੂਰਾ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਤੇ ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਘਰ ਦੇ ਵਿੱਚ ਪਤਾ ਲੱਗਦਾ ਕਿ ਜਿਹੜੇ ਪਲਾਂਟਸ ਨੇ ਉਹ ਸਾਡੇ ਲਈ ਬੈਨੀਫੀਸ਼ੀਅਲ ਨੇ ਇਸ ਕਰਕੇ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਨੈਕਸਟ ਹੈ ਪ੍ਰੋਪਰ ਯੂਜ਼ ਆਫ ਰਿਸੋਰਸਸ ਜਿਨੇ ਵੀ ਸਾਡੇ ਕੋਲ ਸਰੋਤ ਅਵੇਲੇਬਲ ਹੁੰਦੇ ਨੇ ਅਸੀਂ ਉਹਨਾਂ ਦਾ ਬੈਸਟ ਯੂਜ਼ ਕਰਦੇ ਹਾਂ ਕਿਉਂਕਿ ਅਸੀਂ ਕੋਈ ਡੈਕੋਰੇਸ਼ਨ ਕਰਨੀ ਤਾਂ ਅਸੀਂ ਦੇਖਦੇ ਹਾਂ ਕਿ ਕਿਹੜੀ ਚੀਜ਼ ਨੂੰ ਉਸਨੇ ਕਿੱਥੇ ਸੰਭਾਲ ਕੇ ਰੱਖਣਾ ਹੈ ਜੇਕਰ ਕਈ ਵਾਰ ਚੀਜ਼ ਘੱਟ ਵੀ ਹੁੰਦੀ ਹੈ ਅਸੀਂ ਉਹਨੂੰ ਪ੍ਰੋਪਰ ਕਿਵੇਂ ਯੂਟਿਲਾਈਜ਼ ਕਰਨਾ ਇਹ ਸਾਰੀ ਚੀਜ਼ਾਂ ਸਾਨੂੰ ਫੈਸਟੀਵਲਸ ਸਿਖਾਉਂਦੇ ਨੇ ਹੁਣ ਦੇਖੋ ਜੇ ਤੁਸੀਂ ਡੈਕੋਰੇਸ਼ਨ ਦੇ ਲਈ ਸਮਾਨ ਇੱਕ ਸਾਲ ਲਈ ਆਏ ਤਾਂ ਉਹ ਸਾਡੇ ਕੋਲ ਨੈਕਸਟ ਇਅਰ ਦੇ ਲਈ ਵੀ ਜਦੋਂ ਪਿਆ ਹੋਏਗਾ ਤਾਂ ਅਸੀਂ ਉਹਨੂੰ ਸਹੀ ਤਰੀਕੇ ਨਾਲ ਉਹਦੀ ਜਿਹੜੀ ਬੈਸਟ ਯੂਟਿਲਾਈਜੇਸ਼ਨ ਆ ਉਹ ਕਰਾਂਗੇ ਨੈਕਸਟ ਹੈ ਨੌਲੇਜ ਆਫ ਪੋਲਿਟিক্যাল ਹਿਸਟਰੀ ਰਾਜਨੀਤਿਕ ਇਤਿਹਾਸ ਦਾ ਗਿਆਨ ਹੁਣ ਜਿਹੜੇ ਨੈਸ਼ਨਲ ਫੈਸਟੀਵਲਸ ਨੇ ਉਹ ਖੁਸ਼ੀ ਨਾਲ ਮਨਾਏ ਵੀ ਜਾਂਦੇ ਨੇ ਤੇ ਜਿਹੜੇ ਇਸ ਤਰ੍ਹਾਂ ਦੇ ਫੈਸਟੀਵਲਸ ਨੇ ਉਹ ਸਾਨੂੰ ਸਾਡੇ ਕਲਚਰ ਦਾ ਜਿਹੜਾ ਇਤਿਹਾਸ ਹੈ ਉਹਦੇ ਨੂੰ ਵੀ ਸਾਨੂੰ ਜਾਣੂ ਕਰਾਉਂਦੇ ਨੇ ਤੇ ਬੱਚਿਆਂ ਨੂੰ ਜਿਹੜੇ ਨੌਲੇਜ ਆ ਉਹ ਦਿੰਦੀ ਹੈ ਨੈਕਸਟ ਹੈ ਨੌਲੇਜ ਆਫ ਗ੍ਰੇਟ ਸੇਂਟਸ ਮਹਾਨ ਸੰਤਾਂ ਦਾ ਗਿਆਨ ਹੁਣ ਜਿਵੇਂ ਕਿ ਅਸੀਂ ਕੋਈ ਵੀ ਡੇ ਸੈਲੀਬ੍ਰੇਟ ਕਰਦੇ ਆ ਜਿਵੇਂ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਦੀ ਗੱਲ ਕਰਦੇ ਆ ਉਹਨਾਂ ਦਾ ਗੁਰਪੁਰਬ ਜੋ ਮਨਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਸਾਨੂੰ ਕੀ ਪਤਾ ਲੱਗਦਾ ਕਿ ਜਿਹੜੇ ਮਹਾਨ ਸੰਤ ਕਿਹੜੇ-ਕਿਹੜੇ ਨੇ ਭਗਤ ਰਵਿਦਾਸ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜੀ ਠੀਕ ਹੈ ਇਹ ਸਾਰੇ ਕਿਹਨੇ ਗ੍ਰੇਟ ਸੰਤ ਹੋਏ ਨੇ ਮਹਾਨ ਸੰਤ ਹੋਏ ਨੇ ਜਿਨ੍ਹਾਂ ਬਾਰੇ ਸਾਨੂੰ ਜਿਹੜੀ ਨੌਲੇਜ ਹੈ ਉਹਨਾਂ ਦਿਨਾਂ ਦੇ ਵਿੱਚ ਮਿਲਦੀ ਹੈ ਮੈਂ ਜੇ ਅਸੀਂ ਬੱਚਿਆਂ ਨੂੰ ਇਹ ਜਿਹੜੀ ਜਾਣਕਾਰੀ ਹੈ ਉਹ ਹੋਰ ਦੇ ਸਕਦੇ ਆ adoption of simple life and high thinking ਹੁਣ ਇਹ ਨਾਲ ਸਧਾਰਨ ਜੀਵਨ ਤੇ ਜਿਹੜੀ ਉੱਚ ਸੋਚ ਦੀ ਧਾਰਨੀ ਇਹ ਲੋਕਾਂ ਨੂੰ ਫੈਸਟੀਵਲ ਜੀ ਸਿਖਾਉਂਦੇ ਨੇ ਜਿਹੜੇ ਸੱਭਿਆਚਾਰਕ ਸਾਡੇ ਤਿਉਹਾਰ ਨੇ ਉਹ ਸਾਡੇ ਸਾਰੇ ਹੀ ਅਮੀਰ ਨੇ ਲੋਕ ਭਾਵੇਂ ਗਰੀਬ ਨੇ ਸਾਰਿਆਂ ਦੁਆਰਾ ਮਨਾਏ ਜਾਂਦੇ ਨੇ ਤੇ ਇਹਦੇ ਨਾਲ ਲੋਕਾਂ ਦੇ ਵਿੱਚ ਇਹ ਪੈਦਾ ਹੁੰਦਾ ਕਿ ਸਿੰਪਲ ਲਾਈਫ ਅਸੀਂ ਜਿਉਣੀ ਹੈ ਤੇ ਜਿਹੜੀ ਥਿੰਕਿੰਗ ਹੋ ਉਸ ਨੂੰ ਹਾਈ ਰੱਖਣੀ ਹੈ ਤਾਂ ਜਿਹਨੇ ਫੈਸਟੀਵਲ ਮਨਾਏ ਜਾਂਦੇ ਨੇ ਤਾਂ ਇੱਥੇ ਕਿਸੇ ਵੀ ਤਰ੍ਹਾਂ ਦਾ ਕਿਸੇ ਵਿਅਕਤੀ ਦੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਹੁੰਦਾ ਆਪਣੇ ਇਕਨੋਮਿਕ ਕੰਡੀਸ਼ਨ ਦੇ ਅਕੋਰਡਿੰਗ ਸਾਰੇ ਹੀ ਜਿਹੜੇ ਲੋਕ ਨੇ ਸਾਰੇ ਫੈਸਟੀਵਲਸ ਨੂੰ ਸੈਲੀਬ੍ਰੇਟ ਕਰਦੇ ਨੇ ਨੈਕਸਟ ਇ ਨੌਲੇਜ ਐਂਡ ਸਿਗਨੀਫਿਕੈਂਸ ਆਫ ਵੈਦਿਕ ਮੰਤਰਸ ਹੁਣ ਹਿੰਦੂ ਧਰਮ ਦੇ ਵਿੱਚ ਜਦੋਂ ਕੋਈ ਵੀ ਜਿਹੜੇ ਤਿਉਹਾਰ ਨੇ ਸੈਲੀਬ੍ਰੇਟ ਕੀਤੇ ਜਾਂਦੇ ਆ ਉੱਥੇ ਜਿਹੜੇ ਵੇਦਾਂ ਦੇ ਵਿੱਚ ਮੰਤਰ ਲਿਖੇ ਗਏ ਨੇ ਉਹਨਾਂ ਨੂੰ ਉੱਥੇ ਪੜਿਆ ਜਾਂਦਾ ਹੈ ਰਿਸਾਈਡ ਕੀਤਾ ਜਾਂਦਾ ਹੈ ਭਜਨ ਕੀਤੇ ਜਾਂਦੇ ਨੇ ਤੇ ਇਹ ਜਿਹੜੇ ਵੈਦਿਕ ਮੰਤਰਸ ਨੇ ਇਹਨਾਂ ਦੀ ਸਾਨੂੰ ਸਿਗਨੀਫਿਕੈਂਸ ਤੇ ਨੌਲੇਜ ਬਾਰੇ ਇਹ ਜਿਹੜੇ ਜਿਹੜਾ ਗਿਆਨ ਆ ਸਾਨੂੰ ਉਹ ਪਤਾ ਲੱਗਦਾ ਕਿ ਇਹਦੀ ਕੀ ਮਹੱਤਤਾ ਕੀ ਹੈ ਤੇ ਕਿਹਨਾਂ ਨੇ ਲਿਖੇ ਨੇ ਕਿਉਂ ਲਿਖੇ ਨੇ ਇਹਨਾਂ ਨੂੰ ਉਚਾਰਨਾ ਕਿਉਂ ਜ਼ਰੂਰੀ ਹੈ ਨੈਕਸਟ ਇਸ ਸਪਿਰਟ ਟੂ ਡੈਡੀਕੇਸ਼ਨ ਟੁਵਰਡਸ ਵਰਕ ਹੁਣ ਜਿਹੜੇ ਫੈਸਟੀਵਲਸ ਨੇ ਉਹ ਕੰਮ ਪ੍ਰਤੀ ਸਮਰਪਣ ਦੀ ਭਾਵਨਾ ਵੀ ਪੈਦਾ ਕਰਦੇ ਨੇ ਕਿਉਂਕਿ ਸਾਰੇ ਜਿਹੜੇ ਤਿਉਹਾਰ ਨੇ ਸਾਨੂੰ ਖੁਸ਼ੀ ਦਿੰਦੇ ਨੇ ਤੇ ਆਨੰਦ ਦਿੰਦੇ ਨੇ ਤੇ ਇਹਨਾਂ ਫੈਸਟੀਵਲਸ ਤੋਂ ਪਹਿਲੇ ਹੀ ਅਸੀਂ ਜਿਹੜੀ ਤਿਆਰੀ ਕਰਨ ਲੱਗਦੇ ਆ ਉਹ ਸਾਨੂੰ ਡੇਡੀਕੇਸ਼ਨ ਪੈਦਾ ਕਰਦੇ ਨੇ ਸਾਡੇ ਅੰਦਰ ਕਿਉਂਕਿ ਅਸੀਂ ਜਿਹੜੀ ਪ੍ਰੈਪਰੇਸ਼ਨ ਕਰਦੇ ਆਂ ਨੈਕਸਟ ਹੈ ਕੈਰੈਕਟਰ ਫਾਰਮੇਸ਼ਨ ਜਿਹੜੇ ਫੈਸਟੀਵਲ ਨੇ ਉਹ ਚਰਿੱਤਰ ਨਿਰਮਾਣ ਦੇ ਵਿੱਚ ਵੀ ਸਹਾਇਤਾ ਕਰਦੇ ਨੇ ਕਿਉਂਕਿ ਸਾਰੇ ਹੀ ਜਿਹੜੇ ਤਿਉਹਾਰ ਨੇ ਉਹ ਵਿਅਕਤੀਆਂ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਪੈਦਾ ਕਰਦੇ ਆਂ ਜਿਸ ਨਾਲ ਜਿਹੜਾ ਵਿਦਿਆਰਥੀ ਹੈ ਉਹ ਕੈਰੈਕਟਰ ਵਾਈਜ਼ ਗੁੱਡ ਬਣ ਸਕਦਾ ਹੈ ਨੈਕਸਟ ਹੈ ਨੋਲੇਜ ਆਫ ਕੀਪਿੰਗ ਸੈਨੀਟੇਸ਼ਨ ਸਵੱਛਤਾ ਰੱਖਣ ਦਾ ਗਿਆਨ ਵੀ ਦਿੰਦੇ ਨੇ ਸਾਨੂੰ ਹੁਣ ਜੋ ਦੀਵਾਲੀ ਤੇ ਅਸੀਂ ਦੁਰਗਾ ਪੂਜਾ ਤਿਉਹਾਰ ਮਨਾਉਨੇ ਆਂ ਇਹ ਸੈਨੀਟੇਸ਼ਨ ਦੇ ਨਾਲ ਸੰਬੰਧਿਤ ਵੀ ਨੇ ਕਿਉਂਕਿ ਅਜਿਹੇ ਜਿਹੜੇ ਤਿਉਹਾਰ ਨੇ ਇਹਨਾਂ ਨੂੰ ਸੈਲੀਬ੍ਰੇਟ ਕਰਨ ਦੇ ਲਈ ਅਸੀਂ ਜਿਹੜੀ ਸਾਰੇ ਘਰ ਦੀ ਇਤਿਆਲਦੋਲੇ ਕੋਈ ਦੁਕਾਨਾਂ ਨੇ ਉਹ ਵੀ ਬਾਜ਼ਾਰਾਂ ਵਾਲੇ ਠੀਕ ਹੈ ਸਾਡੇ ਜਿਹੜੇ ਘਰ ਨੇ ਅਸੀਂ ਸਾਰੇ ਥਾਵਾਂ ਤੇ ਜਿਹੜੀ ਸਫਾਈ ਉਹ ਕਰਦੇ ਹਾਂ ਲਵ ਫॉर ਲਿਵਿੰਗ ਕ੍ਰੀਚਰਸ ਔਨ ਅਰਥ ਧਰਤੀ ਦੇ ਉੱਪਰ ਜਿਹਨੇ ਵੀ ਜੀਵਤ ਪ੍ਰਾਣੀ ਨੇ ਉਹਨਾਂ ਲਈ ਇਹ ਪਿਆਰ ਵੀ ਪੈਦਾ ਕਰਦੇ ਨੇ ਹੁਣ ਜਿਵੇਂ ਜਿਹੜਾ ਨਾਗ ਪੰਚਮੀ ਨੂੰ ਜਿਹੜੇ ਤਿਉਹਾਰ ਸੈਲੀਬ੍ਰੇਟ ਕੀਤਾ ਜਾਂਦਾ ਜਿਹੜਾ ਉਸ ਦਿਨ ਜਿਹੜੇ ਸੱਪ ਨੇ ਸਨੇਕਸ ਨੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਉਹਨਾਂ ਨੂੰ ਦੁੱਧ ਪਿਲਾਇਆ ਜਾਂਦਾ ਹੈ ਕੁਝ ਤਿਉਹਾਰ ਐਸ ਤਰ੍ਹਾਂ ਦੇ ਜਿਹੜੇ گاਵਾ ਨੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਇਹ ਕੀ ਹੈ ਜੋ ਸਾਡੇ ਕੋਲ ਲਿਵਿੰਗ ਕ੍ਰੀਚਰਸ ਨੇ ਸਾਡੇ ਕੋਲ ਜਿਹੜੇ ਐਨੀਮਲਸ ਨੇ ਉਹਨਾਂ ਦੇ ਪ੍ਰਤੀ ਪਿਆਰ ਵੀ ਪੈਦਾ ਕਰਦੇ ਨੇ ਨੈਕਸਟ ਹੈ ਟੂ ਬ੍ਰਿੰਗ ਕਮਿਊਨਿਟੀ ਟੁਗੇਦਰ ਇਸ ਸਮਾਜ ਨੂੰ ਇਕਜੁੱਟ ਕਰਨ ਦੇ ਲਈ ਵੀ ਜਿਹੜੇ ਤਿਉਹਾਰ ਨੇ ਉਹ ਮਹੱਤਵਪੂਰਨ ਨੇ ਹੁਣ ਕਿਸੇ ਵੀ ਸੋਸਾਇਟੀ ਦੇ ਵਿੱਚ ਜਿਹੜੇ ਮੈਂਬਰ ਨੇ ਉਹ ਜਦੋਂ ਸੈਲੀਬ੍ਰੇਟ ਕਰਦੇ ਨੇ ਤਾਂ ਉਹ ਸਮੂਹਿਕ ਗਰੁੱਪ ਦੇ ਵਿੱਚ ਤਿਉਹਾਰ ਨੂੰ ਮਨਾਉਂਦੇ ਆ ਸੈਲੀਬ੍ਰੇਟ ਕਰਦੇ ਆ ਤਾਂ ਇਹ ਨਾਲ ਕੀ ਹੈ ਵੀ ਇਹ ਕਮਿਊਨਿਟੀ ਨੂੰ ਇਕੱਠਾ ਕਰਦੇ ਆ ਐਂਥੀਸਿਜ਼ਮ ਇਨ ਸੋਸਾਇਟੀ ਸਮਾਜ ਦੇ ਵਿੱਚ ਉਤਸ਼ਾਹ ਵੀ ਪੈਦਾ ਕਰਦੇ ਨੇ ਕਿਉਂਕਿ ਜਦੋਂ ਤਿਉਹਾਰ ਆਉਣ ਵਾਲਾ ਹੁੰਦਾ ਹੈ ਤਾਂ ਬੱਚੇ ਬੁੱਢੇ ਨੌਜਵਾਨ ਸਾਰੇ ਬਹੁਤ ਖੁਸ਼ ਹੁੰਦੇ ਨੇ ਸਾਰਿਆਂ ਨੂੰ ਪਤਾ ਹੁੰਦਾ ਕਿ ਅਸੀਂ ਦੇ ਸੈਲੀਬ੍ਰੇਟੇ ਕਰਨਾ ਹੈ ਜਾਂ ਇਹ ਫੈਸਟੀਵਲ ਆ ਰਿਹਾ ਹੈ ਉਹ ਦੇ ਅਕੋਰਡਿੰਗ ਜਿਹੜੀਆਂ ਤਿਆਰੀਆਂ ਉਹ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਨੇ ਤੇ ਪੂਰੀ ਖੁਸ਼ੀ ਨਾਲ ਸਾਰੇ ਜਿਹੜੇ ਤਿਉਹਾਰ ਨੇ ਉਹ ਮਨਾਏ ਜਾਂਦੇ ਨੇ ਨੈਕਸਟ ਹੈ ਟੂ ਇਨਕਲੂਕੇਟ ਮੋਰਲ ਵੈਲਿਊਜ਼ ਅਮੰਗ ਸਟੂਡੈਂਟਸ ਇਹ ਵਿਦਿਆਰਥੀਆਂ ਵਿੱਚ ਨੈਤਿਕ ਅਧਰਾ ਕੀਮਤਾਂ ਵੀ ਪੈਦਾ ਕਰਦੇ ਨੇ ਕਿਉਂਕਿ ਇਹ ਜਿਹੜੇ ਸਾਡੇ ਫੈਸਟੀਵਲਸ ਨੇ ਉਹ ਕੀ ਸਿਖਾਉਂਦੇ ਨੇ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਤੇ ਤੁਸੀਂ ਜਿਹੜੇ ਵਿਸ਼ਿਸ਼ਟਾਚਾਰ ਅਪਣਾਉਣਾ ਹੈ ਮਿੰਜ ਵਧੀਆ ਜਿਹੜਾ ਬਿਹੇਵ ਹੈ ਉਹ ਸਾਰਿਆਂ ਨਾਲ ਕਰਨਾ ਹੈ ਦੇਖੋ ਉਸ ਦਿਨ ਸਾਰੇ ਜਿਹੜੇ ਛੋਟੇ ਨੇ ਉਹ ਵੱਡਿਆਂ ਨੂੰ ਵਿਸ਼ ਕਰਦੇ ਨੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਫੈਸਟੀਵਲ ਹੈ ਜਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਨੈਕਸਟ ਹੈ ਫੈਸਟੀਵਲਸ ਆਰ vibrant colors of life ਹੁਣ ਜਿਹੜੇ ਤਿਉਹਾਰ ਨੇ ਉਹ ਸਾਡੀ ਜ਼ਿੰਦਗੀ ਦੇ ਜੀਵਿਤ ਰੰਗ ਨੇ ਵਾਈਬਰੈਂਟ ਕਲਰਸ ਨੇ ਕਿਉਂਕਿ ਇਹ ਸਾਨੂੰ ਜੀਵਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੁਸ਼ੀਆਂ ਨੇ ਉਹ ਪ੍ਰਦਾਨ ਕਰਦੇ ਨੇ ਹਰੇਕ ਜਿਹੜਾ ਤਿਉਹਾਰ ਹੈ ਫੈਸਟੀਵਲ ਹੈ ਉਹਦੀ ਆਪਣੀ ਵੱਖਰੀ ਇੰਪੋਰਟੈਂਸ ਹੈ ਤੇ ਉਹਦੇ ਅਕੋਰਡਿੰਗ ਕੀ ਹੈ ਸਾਡੀ ਲਾਈਫ ਦੇ ਵਿੱਚ ਜਿਹੜੇ ਜੀਵਿਤ ਰੰਗਾ ਵਾਂਗੂ ਸਾਡੀ ਜਿਹੜੀ ਲਾਈਫ ਹੈ ਉਹਨੂੰ ਹੋਰ ਵੀ ਇੰਟਰਸਟਿੰਗ ਬਣਾਉਂਦੇ ਨੇ ਤੇ ਸਾਡਾ ਮਨੋਰੰਜਨ ਵੀ ਕਰਦੇ ਨੇ ਨੈਕਸਟ ਇਮੋਸ਼ਨਲ ਬੌਂਡਸ ਅਮੰਗ ਦਾ ਚਿਲड्रन ਹੁਣੇ ਬੱਚਿਆਂ ਦੇ ਵਿੱਚ ਜਿਹੜਾ ਭਾਵਨਾਤਮਕ ਬੰਧਨ ਆਉਗੀ ਪੈਦਾ ਕਰਦੇ ਨੇ ਜਿਵੇਂ ਕਿ ਅਸੀਂ ਰਖੜੀ ਦੇ ਤਿਉਹਾਰ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਜਿਹੜੇ ਭੈਣ ਭਰਾ ਨੇ ਜਦੋਂ ਉਹ ਰਖੜੀ ਬੰਨ੍ਹਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਬੌਂਡ ਹੈ ਉਹ ਹੋਰ ਵੀ ਅੱਛਾ ਬਣ ਜਾਂਦਾ ਹੈ ਮੀਨਜ਼ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਇਮੋਸ਼ਨਲੀ ਹੋਰ ਸਟਰੋਂਗ ਹੋ ਜਾਂਦਾ ਹੈ ਮੀਨਜ਼ ਉਹਨਾਂ ਦੀ ਜਿਹੜਾ ਭਾਵਨਾਤਮਕ ਉਹ ਜ ਆਪਣੇ ਜਿਹੜੇ ਭਾਵਨਾਵਾਂ ਨੇ ਉਹਨਾਂ ਨੂੰ ਇਸ ਇੱਕ ਥ੍ਰੈਡ ਦੇ ਦੁਆਰਾ ਉਹ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਨੇ ਸਾਂਝਾ ਕਰਦੇ ਨੇ ਨੈਕਸਟ ਆ ਯੂਨੀਵਰਸ ਯੂਨਿਟੀ ਇਨ ਡਾਈਵਰਸਿਟੀ ਵੰਸ ਵੰਤਾ ਵਿੱਚ ਇਕਤਾ ਹੁਣ ਜੇਕਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੱਕ ਮਲਟੀਕਲਚਰਲ ਕੰਟਰੀ ਹੈ ਤੇ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰ ਜਿਹੜੇ ਫੈਸਟੀਵਲਸ ਨੇ ਡੇ ਨੇ ਉਹ ਸੈਲੀਬ੍ਰੇਟ ਕਰਦੇ ਆ ਤੇ ਸਾਰੇ ਹੀ ਜਿਹੜੇ ਡੇ ਨੇ ਉਹ ਇੰਪੋਰਟੈਂਟ ਨੇ ਮੀਨਸ ਇੰਪੋਰਟੈਂਸ ਵੀ ਰੱਖਦੇ ਨੇ ਤੇ ਸਾਰੇ ਜਿਹੜੇ ਤਿਉਹਾਰ ਨੇ ਇਹ ਸਾਨੂੰ ਕੀ ਦਰਸਾਉਂਦੇ ਨੇ ਯੂਨਿਟੀ ਇਨ ਡਾਈਵਰਸਿਟੀ ਅਸੀਂ ਵੱਖ-ਵੱਖ ਜਿਹੜੇ ਸਟੇਟਸ ਨੇ ਉਹਨਾਂ ਦਾ ਜਿਹੜਾ ਕਲਚਰ ਆ ਉਹਨੂੰ ਵੀ ਸ਼ੇਅਰ ਕਰਦੇ ਆ ਕਿਉਂਕਿ ਹਰ ਸਟੇਟ ਦੇ ਵਿੱਚ ਵੱਖਰੀਆਂ-ਵੱਖਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਆਪਣੇ ਕਲਚਰ ਦੇ ਅਕੋਰਡਿੰਗ ਸ਼ੋਅ ਕੀਤੀਆਂ ਜਾਂਦੀਆਂ ਨੇ ਨੈਕਸਟ ਹੈ ਅਸਿਸਟ ਟੂ ਬ੍ਰੇਕ ਮੋਨੋਟੋਨੀ ਇਹ ਜਿਹੜੀ ਜ਼ਿੰਦਗੀ ਦੀ ਇਕਾਵਟਤਾ ਹੈ ਉਹਨੂੰ ਤੋੜਨ ਦੇ ਵਿੱਚ ਵੀ ਸਹਾਇਤਾ ਕਰਦੇ ਨੇ ਕਿਉਂਕਿ ਜਿਹੜਾ ਹਿਊਮਨ ਬੀਿੰਗ ਆ ਹਮੇਸ਼ਾ ਪੈਸਾ ਕਮਾਉਣ ਦੇ ਵਿੱਚ ਲੱਗਾ ਰਹਿੰਦਾ ਤੇ ਦੂਸਰਿਆਂ ਦੇ ਲਈ ਉਹਦੇ ਕੋਲ ਟਾਈਮ ਨਹੀਂ ਹੁੰਦਾ ਬਟ ਜਦੋਂ ਫੈਸਟੀਵਲਜ਼ ਆਉਂਦੇ ਨੇ ਤਾਂ ਸਾਰੇ ਲੋਕ ਇਕੱਠੇ ਮਿਲ ਕੇ आनंद ਲੈਂਦੇ ਨੇ ਤੇ ਜਿਹੜੇ ਕੁਛ ਗਿਫਟਸ ਵਗੈਰੇ ਨੂੰ ਐਕਸਚੇਂਜ ਕਰਦੇ ਨੇ ਤੇ ਇਹਨਾਂ ਦੀ ਜਿਹੜੀ ਜ਼ਿੰਦਗੀ ਦੀ ਇਕਾਵੜਤਾ ਕਹਿ ਲਓ ਮੋਨੋਟੋਨੀ ਕਹਿ ਲਓ ਉਹਨੂੰ ਥੋੜੀ ਜਿਹੀ ਜਿਹੜੀ ਬ੍ਰੇਕ ਆ ਉਹ ਮਿਲਦੀ ਹੈ ਨੈਕਸਟ ਸਟੂ ਗਿਵ ਰਿਲੀਜੀਅਸ ਸੈਂਟੀਮੈਂਟ ਟੂ ਸਟੂਡੈਂਟਸ ਇਹ ਵਿਦਿਆਰਥੀਆਂ ਨੂੰ ਜਿਹੜੀ ਧਾਰਮਿਕ ਭਾਵਨਾ ਉਹ ਵੀ ਦਿੰਦੇ ਨੇ ਹੁਣ ਮੀਨ ਜਿਹੜੇ ਸਾਡੇ ਰਿਲੀਜੀਅਸ ਫੈਸਟੀਵਲਸ ਨੇ ਉਹ ਬੱਚੇ ਦੇ ਵਿੱਚ ਜਿਹੜੀ ਰਿਲੀਜੀਅਸ ਸੈਂਟੀਮੈਂਟ ਨੇ ਉਹ ਪੈਦਾ ਕਰਦੇ ਨੇ ਬੱਚੇ ਨੂੰ ਧਰਮ ਦੇ ਨਾਲ ਜੋੜਦੇ ਨੇ ਕਿਉਂਕਿ ਧਰਮ ਸਾਨੂੰ ਕੀ ਸਿਖਾਉਂਦਾ ਹੈ ਕਿ ਅਸੀਂ ਸਾਰੇ ਇੱਕੋ ਜਿਹੇ ਹਾਂ ਤੁਸੀਂ ਸਭ ਨੇ ਤਿੱਕ ਦੂਸਰੇ ਦੀ ਹੈਲਪ ਕਰਨੀ ਹੈ ਕਿਸੇ ਵੀ ਧਰਮ ਦੀ ਗੱਲ ਕਰ ਲਈਏ ਤਾਂ ਸਾਰੇ ਧਰਮ ਸਾਨੂੰ ਇਹੀ ਗੱਲਾਂ ਸਿਖਾਉਂਦੇ ਨੇ ਨੈਕਸਟ ਟ੍ਰੇਨਿੰਗ ਫਾਰ ਸਾਲਵੇਸ਼ਨ ਮੁਕਤੀ ਲਈ ਸਿਖਲਾਈ ਹੁਣ ਜੇਕਰ ਅਸੀਂ ਪੁਰਾਣੇ ਟਾਈਮ ਤੋਂ ਗੱਲ ਕਰੀ ਤਾਂ ਜਿਹੜਾ ਸਾਡਾ ਕੰਟਰੀ ਹੈ ਉਹ ਰਿਲੀਜੀਅਸ ਜ਼ਿਆਦਾ ਹੈ ਤਾਂ ਇਹਦੇ ਵਿੱਚ ਅਸੀਂ ਜੀਵਨ ਦਾ ਜਿਹੜਾ ਮੁੱਖ ਉਦੇਸ਼ ਹੈ ਇਹ ਮੰਨਦੇ ਹਾਂ ਕਿ ਸਾਲਵੇਸ਼ਨ ਮੀਨਸ ਮੁਕਤੀ ਤਾਂ ਇਹ ਜਿਹੜੇ ਫੈਸਟੀਵਲਸ ਨੇ ਉਹ ਸਾਨੂੰ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ ਕੁਝ ਰਸਮਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਜਿਹੜੀਆਂ ਕਿ ਸਾਨੂੰ ਸਾਲਵੇਸ਼ਨ ਨੂੰ ਕਿਸ ਤਰੀਕੇ ਨਾਲ ਤੁਸੀਂ ਅਚੀਵ ਕਰਨਾ ਹੈ ਉਹਦੇ ਲਈ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਪ੍ਰੋਵਾਈਡ ਕਰਦੀਆਂ ਨੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਸਿਰਫ ਇੰਨਾ ਹੀ ਥੈਂਕਸ ਫॉर ਵਾਚਿੰਗ